T20 World Cup जितਣ ਤੋਂ ਬਾਅਦ ਭਾਰਤੀ ਟੀਮ ਤੇ ਪੈਸੇ ਦਾ ਮੀਂਹ ਵਰ ਚੁੱਕਿਆ ਏ ਬਿਲਕੁਲ ਤੁਸੀਂ ਸਹੀ ਸੁਣਿਆ BCCI ਨੇ ਭਾਰਤੀ ਟੀਮ ਨੂੰ ਜਿੰਨੇ ਵੀ ਟੀਮ ਦੇ ਮੈਂਬਰ ਸੀਗੇ BCCI ਦੇ ਵੱਲੋਂ 125 ਕਰੋੜ ਰੁਪਇਆ ਭਾਰਤੀ ਟੀਮ ਨੂੰ ਇਨਾਮ ਦੇ ਵਜੋਂ ਦੇਣ ਦਾ ਐਲਾਨ ਕੀਤਾ ਗਿਆ ਏ ਬਹੁਤ ਵੱਡਾ ਦਿਲ ਜੜਾ ਹੈਗਾ BCCI ਨੇ ਖੋਲ ਦਿੱਤਾ ਹੈ ਖਿਡਾਰੀਆਂ ਦੇ ਲਈ ਕਿਉਂਕਿ ਜਿਹੜਾ ਇਹ ਵਰਲਡ ਕੱਪ ਦਾ ਸੋਕਾ ਸੀਗਾ 11 ਸਾਲ ਦੇ ਬਾਅਦ ਇਹ ਪੂਰਾ ਹੋਇਆ ਤੇ ਹੁਣ BCCI ਨੇ ਦਿਲ ਖੋਲ ਕੇ ਸਾਰੇ ਖਿਡਾਰੀ ਜਿਹੜੇ ਆ ਮਾਲੋ-ਮਾਲ ਕਰ ਦਿੱਤੇ ਆ 125 ਕਰੋੜ ਰੁਪਈਆ ਇਹ ਭਾਰਤੀ ਟੀਮ ਦੇ ਵਿੱਚ ਵੰਡਿਆ ਜਾਊਗਾ ਇਸ ਤੋਂ ਇਲਾਵਾ ਜਿਹੜੇ ਕੋਚ ਹੈਗੇ ਆ ਉਹਨਾਂ ਨੂੰ ਪੈਸਾ ਮਿਲੂਗਾ ਜਿੰਨੇ ਵੀ ਸਿਲੈਕਸ਼ਨ ਟੀਮ ਦੇ ਵਿੱਚ ਮੈਂਬਰ ਸੀ ਉਹਨਾਂ ਨੂੰ ਵੀ ਪੈਸਾ ਮਿਲੂਗਾ ਇਸ ਤੋਂ ਇਲਾਵਾ ਜਿੰਨੇ ਫਿਟਨੈਸ ਦੇ ਵਿੱਚ ਚਾਹੇ ਕੋਈ ਸਟਾਫ ਸੀਗਾ ਉਹਨਾਂ ਨੂੰ ਵੀ ਪੈਸਾ ਇਹ ਮਿਲੂਗਾ ਜੈ ਸ਼ਾ ਜੋ ਕਿ ਬੀਸੀਸੀਆਈ ਦੇ ਸੈਕਟਰੀ ਹੈ ਉਹਨਾਂ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਮੈਨੂੰ ਇਹ ਦੱਸਦੇ ਬੇਹੱਦ ਖੁਸ਼ੀ ਹੋ ਰਹੀ ਹੈ ਕਿ ਜੋ ਭਾਰਤੀ ਟੀਮ ਨੇ ਕਰਵ ਖਾਇਆ ਏ ਉਹ ਵਾਕਈ ਕਾਬਲੇ ਤਾਰੀਫ ਹੈ ਤੇ ਇਸ ਕਰਕੇ ਮੈਂ 125 ਕਰੋੜ ਰੁਪਇਆ ਭਾਰਤੀ ਟੀਮ ਦੇ ਸਾਰੇ ਸਟਾਫ ਨੂੰ ਜਿਹੜਾ ਹੈਗਾ ਉਹ ਦੇਣ ਦਾ ਐਲਾਨ ਕਰਨ ਜਾ ਰਿਹਾ ਹਾਂ ਬੇਹੱਦ ਵੱਡੀ ਖਬਰ ਹੈ ਇਸ ਟਾਈਮ ਤੁਹਾਡੀ ਸਕਰੀਨ ਤੇ ਜਿਹੜੀ ਸਾਹਮਣੇ ਆ ਰਹੀ ਹੈ ਉਹੀ ਹੈ ਕਿ T20 ਵਰਲਡ ਕੱਪ ਜਿੱਤਣ ਤੋਂ ਬਾਅਦ ਭਾਰਤੀ ਖਿਡਾਰੀ ਹੁਣ ਮਾਲੋਮਾਲ ਹੋ ਜਾਣਗੇ ਮੀਂਹ ਵਰ ਚੁੱਕਿਆ ਹੈ ਪੈਸਿਆਂ ਦਾ ਕਿਉਂਕਿ 125 ਕਰੋੜ ਰੁਪਈਆ ਜਿਹੜਾ ਹੈਗਾ ਬੀਸੀਸੀਆਈ ਨੇ ਇਨਾਮ ਦੇ ਵਜੋਂ ਜਿਹੜਾ ਭਾਰਤੀ ਟੀਮ ਨੂੰ ਦੇ ਦਿੱਤਾ ਗਿਆ ਏ ਇਹਦੇ ਵਿੱਚ ਹੁਣ ਇਹ 125 ਕਰੋੜ ਰੁਪਈਏ ਦੀ ਜਿਹੜੀ ਵੰਡੀ ਪਾਈ ਜਾਊਗੀ 125 ਕਰੋੜ ਰੁਪਈਆ ਇਹ ਜ਼ਰੂਰੀ ਨਹੀਂ ਕਿੱਲਾ ਜਿਹੜੇ 11 ਖਿਡਾਰੀ ਤੁਸੀਂ ਮੈਦਾਨ ਦੇ ਵਿੱਚ ਦੇਖੇ ਆ ਖੇਡਦੇ ਉਹਨਾਂ ਚ ਵੰਡਿਆ ਜਾਊਗਾ ਬਿਲਕੁਲ ਨਹੀਂ ਇਹ 125 ਕਰੋੜ ਰੁਪਈਆ ਜਿਹੜਾ ਬਾਕੀ ਜਿੰਨਾ ਵੀ ਸਟਾਫ ਹੈ ক্রিকেট ਟੀਮ ਦਾ ਚਾਹੇ ਕੋਈ ਉਹ ਸਿਲੈਕਸ਼ਨ ਨਾਲੇ ਮੈਂਬਰ ਸੀ ਕਿਉਂਕਿ ਉਹਨਾਂ ਦਾ ਵੀ ਬਣਦਾ ਹੱਕ ਇਹਦੇ ਤੇ ਬਣਦਾ ਹੈ ਉਹਨਾਂ ਨੂੰ ਵੀ ਇਨਾਮ ਜਿਹੜਾ ਦਿੱਤਾ ਜਾਊਗਾ ਕਿਉਂਕਿ ਉਹਨਾਂ ਨੇ ਟੀਮ ਦੀ ਸਿਲੈਕਸ਼ਨ ਬੜੀ ਵਧੀਆ ਕੀਤੀ ਆ ਉਹਨਾਂ ਦੀ ਬਦੌਲਤ ਹੀ ਇਹ ਖਿਡਾਰੀ ਜਿਹੜੇ ਚੁਣੇ ਗਏ ਆ ਜਿਨ੍ਹਾਂ ਨੇ ਇਹ ਕੱਪ ਜਿੱਤ ਕੇ ਲਿਆਂਦਾ ਏ ਇਹ ਉਹ ਸਿਲੈਕਸ਼ਨ ਟੀਮ ਦਾ ਕੰਮ ਹੈ ਇਸ ਤੋਂ ਇਲਾਵਾ ਜਿਹੜੇ ਭਾਰਤੀ ਟੀਮ ਦੇ ਕੋਚ ਹੈ ਮੇਨ ਹੈੱਡ ਕੋਚ ਹੈ ਉਸ ਤੋਂ ਬਾਅਦ ਬੋਲਿੰਗ ਕੋਚ ਹੈ ਫੀਲਡਿੰਗ ਕੋਚ ਹੈ ਜਾਂ ਫਿਰ ਇਦੂ ਲਾਵਾ ਫਿਟਨੈਸ ਕੋਚ ਜਿਹੜੇ ਹੈਗੇ ਆ ਸੋ ਸਾਰੇ ਖਿਡਾਰੀਆਂ ਦੇ ਵਿੱਚ ਇਹ ਪੈਸਾ ਜਿਹੜਾ ਹੁਣ ਵੰਡਿਆ ਜਾਊਗਾ ਕਹਿਣ ਦਾ ਭਾਵ ਆ ਪੂਰੇ ਸਟਾਫ ਦੇ ਵਿੱਚੇ ਪੈਸਾ ਵੰਡਿਆ ਜਾਊਗਾ 125 ਕਰੋੜ ਰੁਪਈਆ ਬੀਸੀਸੀਆਈ ਨੇ ਦਿਲ ਖੋਲ ਦਿੱਤਾ ਹੈ ਵੱਡਾ ਦਿਲ ਕੀਤਾ ਤੇ ਮੀਂਹ ਵਰ ਚੁੱਕਿਆ ਹੈ ਪੈਸੇ ਦਾ ਖਿਡਾਰੀਆਂ ਦੇ ਉੱਤੇ ਕਿਉਂਕਿ ਇਹ ਵਰਲਡ ਕੱਪ ਦੇ ਵਿੱਚ ਇੱਕ ਤਾਂ ਖੁਸ਼ੀ ਦੀ ਖਬਰ ਇਹ ਹੈ ਕਿ ਆਪਾਂ ਕੱਪ ਜਿੱਤ ਲਿਆ ਤੇ ਨਾਲ ਦੀ ਨਾਲ ਜਿਹੜੇ ਚਾਉਣ ਵਾਲੇ ਆ ਤਿੰਨ ਖਿਡਾਰੀ ਇਹੋ ਜਿਹੇ ਆ ਜਿਨ੍ਹਾਂ ਨੇ T20 ਤੋਂ ਸੰਿਆਸ ਲੈ ਲਿਆ ਏ ਵਿਰਾਟ ਕੋਹਲੀ ਰੋਹਿਤ ਸ਼ਰਮਾ ਰਵਿੰਦਰ ਜੜੇਜਾ ਦਾ ਨਾਮ ਜਿਹੜਾ ਹੈਗਾ ਇਹਦੇ ਵਿੱਚ ਸ਼ਾਮਲ ਆ ਜਿਨ੍ਹਾਂ ਨੇ T20 ਜਿਹੜੀ ਕ੍ਰਿਕਟ ਹੈਗੀ ਆ ਇਹਦੇ ਤੋਂ ਸੰਿਆਸ ਲੈਣ ਦਾ ਐਲਾਨ ਕਰ ਦਿੱਤਾ ਏ ਸੋ ਬੇਹੱਦ ਵੱਡੀ ਖਬਰ ਆ ਇਸ ਟਾਈਮ ਸਕਰੀਨ ਤੇ ਆ BCCI ਦੇ ਵੱਲੋਂ ਟਵੀਟ ਕੀਤਾ ਗਿਆ ਏ ਜੈ ਸ਼ਾਹ ਦੇ ਵੱਲੋਂ ਟਵੀਟ ਕੀਤਾ ਗਿਆ ਏ BCCI ਦੇ ਸੈਕਟਰੀ ਹੈ 125 ਕਰੋੜ ਰੁਪਇਆ ਪੂਰੇ ਖਿਡਾਰੀਆਂ ਦੇ ਵਾਸਤੇ ਉਹਨਾਂ ਨੇ ਜਿਹੜਾ ਹੈਗਾ ਇਨਾਮ ਦਿੱਤਾ ਏ 125 ਕਰੋੜ